ਗਲਤੀ ਕਰਕੇ ਹੋਈ ਹੈ ਘੱਟ ਤੋਂ ਘੱਟ 400-500 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਪਿਛਲੇ 2 ਮਹੀਨੇ ਦੇ ਅੰਦਰ ਜਿਹੜਾ 20-20 ਰੁਪਏ ਤੇ 18 ਰੁਪਏ 12 ਰੁਪਏ 13 ਰੁਪਏ ਤੇ ਖਰੀਦ ਰਿਹਾ ਇੰਡਸਟਰੀ ਨੂੰ ਪਿਛਲੇ 5 ਮੈਂ ਹੁਣੀ ਲੁਧਿਆਣੇ ਜਾ ਕੇ ਆਇਆ 10-10 ਘੰਟੇ ਦੂਜੀ ਗੱਲ ਮੈਂ ਇੱਕ ਇੱਥੇ ਮੈਨੂੰ ਹੁਣੀ ਆੜਤੀ ਸਾਰੇ ਮਿਲੇ ਸੀ ਨਰਮੇ ਦੇ ਵਿੱਚ ਇੱਥੇ ਕਾਂਗਰਸ ਨੇ ਜਾਖੜ ਦੇ ਚਹਿਤਿਆਂ ਨੇ ਸਿੰਡੀਕੇਟ ਬਣਾ ਲਿਆ ਜਿਹੜੇ ਕਿਸਾਨ ਹੈ ਤਕਰੀਬਨ ਬਾਕੀ ਪੰਜਾਬ ਨਾਲੋਂ ਤੇ ਰਾਜਸਥਾਨ ਨਾਲੋਂ 1000 ਰੁਪਏ ਕੁਇੰਟਲ ਨਰਮਾ ਘੱਟ ਬੋਰ ਵਿਕ ਰਿਹਾ ਹੈ ਆਹ ਜਾਖੜ ਦੀ ਮਿਹਰਬਾਨੀ ਕਰਕੇ ਕਿਉਂਕਿ ਜਿਹੜੇ ਯੂਨਿਟ ਹੈ ਇਕੱਠੇ ਕਰਾ ਲਏ ਉਹਨੇ ਮੋਨੋਪਲੀ ਬਣਾ ਲਈ ਹੈ ਮਾਰਕੀਟ ਕਮੇਟੀ ਦਾ ਇੱਥੇ ਇੰਚਾਰਜ ਲੜਿਆ ਅੱਜ ਮਾਰਕੀਟ ਕਮੇਟੀ ਦਾ ਜਿਹੜਾ ਹੈਡ ਇੱਥੇ ਮਿਲਣ ਦਾ ਜੇਲ੍ਹ ਜਾਊਗਾ ਸਾਰੇ ਜਿੰਨੀ ਉਹਨੇ ਗੈਂਗ ਬਣੀ ਹੈ ਸਾਰੀ ਗੈਂਗ ਬਣਾਈ ਇਹਨਾਂ ਨੇ ਇੱਥੇ ਮੈਨੂੰ ਦੱਸ ਰਿਹਾ ਸੀ ਲਿਕਰ ਵੀ ਸਾਰੀ ਸ਼ਰਾਬ ਦੀ ਗੈਂਗ ਇਹਦੇ ਬੰਦੇ ਹੈ ਇਹਦੇ MC ਜਾਖੜ ਦੇ MC ਸ਼ਰਾਬ ਵੇਚ ਰਹੇ ਹੈ ਡਰੱਗਸ ਵੇਚ ਰਹੇ ਹੈ ਹੁਣ ਇਹਨਾਂ ਨੇ ਸਿੰਡੀਕੇਟ ਨਰਮੇ ਦਾ ਬਣਾ ਲਿਆ ਜਿੰਨੀਆਂ ਟਾਈਲਾਂ ਲੱਗੀਆਂ ਸਾਰਿਆਂ ਦੀ ਫੈਕਟਰੀ ਕਾਂਗਰਸੀਆਂ ਦੀਆਂ ਨਕਲੀ ਡੀਜ਼ਲ ਦੀ ਫੈਕਟਰੀ ਫੜ ਲਈ ਪਰਚਾ ਨਹੀਂ ਹੋਣ ਦਿੱਤਾ ਇੱਥੇ ਤਾਂ ਜਿਵੇਂ ਤਾਲਿਬਾਨ ਦਾ ਰਾਜ ਹੁੰਦਾ ਉਹ ਜਾ ਰਾਜ ਜਾਖੜ ਦਾ ਰਾਜ ਬਣਾਇਆ ਬੈਠਾ ਉਹਦੇ ਆਪਣੇ ਚਹਿਤਿਆਂ ਨੇ ਇਲੀਗਲ ਕਾਲੋਨੀਆਂ ਕੱਟੀਆਂ ਤੇ ਉੱਥੇ ਕੱਟ ਕੇ ਡਿਵੈਲਪਮੈਂਟ ਆਪਣੇ ਸਰਕਾਰੀ ਪੈਸੇ ਤੋਂ ਕਰਾ ਕੇ ਇਹ ਤੋਂ ਵੱਡੀ ਲੁੱਟ ਕੀ ਹੋ ਸਕਦੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਜੋ ਜ਼ਿਲ੍ਹਾ ਪ੍ਰਧਾਨ ਹੈ ਵਰਿੰਦਰ ਸਿੰਘ ਖਾਲਸਾ ਜੋ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਤੋਂ ਪ੍ਰਧਾਨ ਹੈ ਪਾਰਟੀ ਦੇ ਅੱਜ ਇੱਥੇ ਸ਼ਾਮਿਲ ਹੋਏ ਕਈ ਨਾਲ ਇਹਨਾਂ ਸਰਪੰਚ ਸਾਰੇ ਇਹਨਾਂ ਦੇ ਸਰਕਲ ਪ੍ਰਧਾਨ ਸ਼ਾਮਿਲ ਹੋਏ ਹੈ BJP ਦੇ ਵਾਰਡ ਜਿਹੜਾ MC ਇੱਥੇ ਜੁਆਇਨ ਹੋਏ ਹੈ ਕਾਫੀ ਵੱਡੇ ਪੱਧਰ ਤੇ ਸੰਗਤ ਆ ਸ਼੍ਰੋਮਣੀ ਅਕਾਲੀ ਦਲ ਜੁਆਇਨ ਹੋਈ ਹੈ ਡਾਕਟਰ ਰਿਣਵਾ ਜੀ ਸਾਡੇ ਇੱਥੋਂ ਦੇ ਸੇਵਾਦਾਰ ਇੰਚਾਰਜ ਹੈ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਵਧੀਆ ਲੀਡਰਸ਼ਿਪ ਦੇਣਗੇ ਵੋਟ ਇਲਾਕੇ ਨੂੰ ਆਹ ਜਿਹੜਾ ਇਲਾਕਾ ਹੈ ਇੱਥੇ ਬਹੁਤ ਡਿਵੈਲਪਮੈਂਟ ਦੀ ਲੋੜ ਹੈ ਇੱਥੇ ਨਹਿਰੀ ਪਾਣੀ ਦੀ ਬੜੀ ਲੋੜ ਹੈ ਅੰਡਰਗਰਾਊਂਡ ਪਾਈਪ ਸਿਸਟਮ ਦੀ ਲੋੜ ਹੈ ਪੱਕੇ ਖਾਲਿਆਂ ਦੀ ਲੋੜ ਹੈ ਸ਼ਹਿਰ ਤਾਂ ਜਮ੍ਹਾਂ ਟੁੱਟਿਆ ਪਿਆ ਸੋ ਮੇਰੀ ਕਮਿਟਮੈਂਟ ਹੈ ਕਿ 1 ਸਾਲ ਦੇ ਅੰਦਰ ਅੰਦਰ ਸਰਕਾਰ ਬਣਦੇ ਤੁਸੀਂ ਡਰਾਸਟਿਕ ਚੇਂਜ ਦੇਖੋਗੇ ਇਸ ਸ਼ਹਿਰ ਵਿੱਚ ਸਵਾਲ ਸੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਦੇ ਉੱਤੇ ਬਲੇਮ ਲਗਾ ਰਿਹਾ ਕਿ ਪੋਲਿਊਸ਼ਨ ਕਰ ਰਹੇ ਆ ਉਹਦੇ ਬਾਰੇ ਕੀ ਮੈਂ ਉਹੀ ਕਹਿ ਰਿਹਾ ਕਿ ਅਰਵਿੰਦ ਕੇਜਰੀਵਾਲ ਦਾ ਬਾਰ ਬਾਰ ਹਮਲਾ ਪੰਜਾਬੀਆਂ ਤੇ ਹੋ ਰਿਹਾ ਪਹਿਲੇ ਕਿਹਾ ਕਿ ਥਰਮਲ ਪਲਾਂਟ ਬੰਦ ਕਰੋ ਹੁਣ ਕਹਿੰਦਾ ਕਿ ਆ ਪਰਾਲੀ ਸਾਡੀ ਬੰਦ ਕਰੋ ਪਹਿਲੇ ਜੋ ਦਿੱਲੀ ਜਾਂਦੇ ਕਨਾਲ ਬਣਾਓ ਕੇਜਰੀਵਾਲ ਨੂੰ ਕੁਛ ਨਹੀਂ ਚਾਹੀਦਾ ਕੋਈ ਨਾ ਕੋਈ ਗਲਤ ਚੀਜ਼ ਪੰਜਾਬੀਆਂ ਵਾਸਤੇ ਕਹਿ ਜਾਂਦਾ ਇੱਕ ਮੈਨੂੰ ਬੜਾ ਦੁੱਖ ਹੈ ਕਿ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਨੇ ਔਨ ਸਾਰ ਪੰਜਾਬੀਆਂ ਦੇ ਪਿੱਠ ਤੇ ਵਾਰ ਕੀਤਾ ਔਨ ਸਾਰ ਵਾਰ ਕੀਤਾ ਆ ਜਿਹੜੀ 50 ਕਿਲੋਮੀਟਰ ਦੀ ਜਿਹੜੀ BSF ਦੀ ਰੇਂਜ ਵਧਾਈ ਹੈ ਮਤਲਬ ਅੱਧਾ ਪੰਜਾਬ ਅਬੋਹਰ ਤੋਂ ਲੈ ਕੇ ਸਾਰਾ ਅੱਧਾ ਪੰਜਾਬ BSF ਦੇ ਥੱਲੇ ਹੋ ਗਿਆ ਨਾਲ ਦੇ ਨਾਲ ਚੰਨੀ ਨੇ ਹੁਕਮ ਕੀਤਾ ਹੁਣ DIG ਅੰਮ੍ਰਿਤਸਰ ਰੇਂਜ BSF ਕੋਲੇ ਰਿਪੋਰਟ ਕਰਨ ਗਿਆ ਹੁਣ ਕੀ ਆਹ ਆਪਣਾ ਸੂਬੇ ਦਾ ਆਹ ਮੁੱਖ ਮੰਤਰੀ ਬਣਦਾ ਆਹ ਤੋਹਫਾ ਦਿੱਤਾ ਮੁੱਖ ਮੰਤਰੀ ਦੇ ਲਿਖਣ ਦੇ ਬਗੈਰ ਪਰਮਿਸ਼ਨ ਦੇ ਬਗੈਰ ਹੋ ਹੀ ਨਹੀਂ ਸਕਦਾ ਸੋਨੀਆ ਗਾਂਧੀ ਦਾ ਮੁਲਾਕਾਤ ਤੋਂ ਬਾਅਦ 13 ਏਜੰਡੇ ਲਿਖੇ ਪੰਜਾਬ ਵਾਸਤੇ ਫਿਰ ਲਗਾਤਾਰ ਉਹ ਪੰਜਾਬ ਕਾਂਗਰਸ ਤੇ ਹੀ ਅਟੈਕ ਕਰ ਰਹੇ ਹੈ ਇਹਦੇ ਵਿੱਚ ਤੁਸੀਂ ਆਪਦੀ ਕੀ ਸਮਝ ਨਵਜੋਤ ਸਿੰਘ ਸਿੱਧੂ ਲਗਾਤਾਰ ਮਿਸਗਾਈਡਡ ਮਿਸਾਈਲਾਂ ਭੇਜੀ ਚੱਲੂਗਾ ਤੇ ਅਖੀਰ ਵਿੱਚ ਜਦੋਂ ਜਮਾ ਨਸ਼ ਕਾਂਗਰਸ ਹੀ ਮੈਂ ਹੈਰਾਨ ਹੈ ਕਿ ਸਮਝਦੇ ਨਹੀਂ ਮਿਸਾਈਲ ਦਾ ਨਿਸ਼ਾਨੇ ਕਿੰਨੇ ਵੱਜ ਗਏ ਜਦੋਂ ਉਹ ਸੋਚਦੇ ਕਿ ਸ਼ਾਇਦ ਜਦ ਪੱਕਾ ਉਹਦੇ ਹੈੱਡਕੁਆਟਰ ਤੇ ਵੱਜੇ ਨਾ ਉਦੋਂ ਤਾਂ ਖਟਣਗੇ ਸਰ ਉਹਨਾਂ ਨੇ ਚੰਨੀ ਕੈਬਨਿਟ ਦੇ ਵੀ ਜਿਹੜੇ ਸਵਾਲ ਚੁੱਕੇ ਹੈ ਕਿ ਠੀਕ ਨਹੀਂ ਹੈ ਕੌਣ ਸਿੱਧੂ ਨੇ ਚੰਨੀ ਕੈਬਨਿਟ ਦੇ ਵਿੱਚ ਮੈਂ ਉਹੀ ਪੁੱਛਣਾ ਚਾਹੁੰਦਾ ਸਿੱਧੂ ਸਾਹਿਬ ਨੂੰ ਹੁਣ ਜਿਹੜਾ ਵਾਪਸ ਗੇਅਰ ਲਾਇਆ ਬੈਕ ਗੇਅਰ ਲਾਇਆ
ਉਦੋਂ ਤਾਂ ਬੜੀ ਬੜਕ ਮਾਰਦੇ ਸੀ ਮੈਂ ਸੂਲਾਂ ਦਾ ਬੰਦਾ ਹੈ ਮੈਂ ਸੂਲ ਤੋਂ ਬਗੈਰ ਮੈਂ ਪਿੱਛੇ ਨਹੀਂ ਹਟਦਾ ਮੈਂ ਯੇ ਹੈ ਵੋ ਹੈ ਹੁਣ ਕਿਵੇਂ ਚੁੱਪ ਕਰਕੇ ਬਹਿ ਗਏ ਤੁਸੀਂ ਕਿਵੇਂ ਗਾਂਧੀ ਪਰਿਵਾਰ ਦੇ ਥੱਲੇ ਇੱਕ ਦਬਕੇ ਨਾਲ ਇੱਕ ਦਬਕਾ ਪਿਆ ਤੇ ਚੁੱਪ ਕਰਕੇ ਕਿੱਧਰ ਗਏ ਉਸੂਲ ਕਿੱਧਰ ਗਏ ਜਿਹੜੇ ਕਹਿੰਦੇ ਕਰਪਸ਼ਨ ਦੀ ਲੜਾਈ ਲੜੂੰਗਾ ਜਿਹੜੀ ਉਹਨਾਂ ਨੇ ਅੱਜ ਜਿਹੜੇ ਮੰਤਰੀ ਕਰਪਟ ਮੰਤਰੀ ਬਣ ਰਹੇ ਹੈ ਜਿਹੜੇ ਲੁੱਟਖੋ ਵਾਲੇ ਬੈਠੇ ਹੈ ਜਿਨ੍ਹਾਂ ਨੇ ਐਸੀ ਸਕਾਲਰਸ਼ਿਪ ਪਾਈ ਸਾਰੇ ਉਹਨਾਂ ਦੀ ਕੈਬ ਜਿਹੜੇ ਉੱਥੇ ਰਾਣਾ ਸੋਢੀ ਵਰਗੇ ਜਿਨ੍ਹਾਂ ਨੇ ਰਾਣਾ ਆਪਣਾ ਗੁਰਜੀਤ ਜੀ ਵਰਗੇ ਜਿਨ੍ਹਾਂ ਨੇ ਰੇਤਾ ਮਾਈਨਿੰਗ ਕੰਟਰੈਕਟ ਕੀਤੇ ਸੀ ਸਾਰੇ ਮੰਤਰੀ ਬਣ ਗਏ ਹੁਣ ਸਿੱਧੂ ਕਿਵੇਂ ਚੁੱਪ ਹੈ ਕਿੱਧਰ ਗਏ ਉਸੂਲ बादल साहब पिछली बार आपका वोट परसेंट बहुत अच्छा रहा था ठीक ठाक रहा था उस हिसाब से वोट में सीटों में कन्वर्ट नहीं हुआ 30-32 वोट परसेंट भी काफी है तो कहाँ कमी रह गई थी क्या लगता है इस बार इस साइड आपने देखोगे जब वोट परसेंट भी बढ़ेगा और बाकी सारी पार्टी वाइप आउट होगी आप जल्दी एक दो दिन तीन सवाल लिया कैबिनेट की मीटिंग हुई है जिस चरणजीत चन्नी ने कहा कि बीएसएफ लेके आल पार्टी मीटिंग और एक दिन का विशेष सेशन भी बुलाया जा सकता दूसरा सवाल नहीं सकता है पर करना नहीं क्योंकि उन्होंने आप लिख के देता है सर दूसरा सवाल सीआईएसएफ तैनाती जिन्होंने कहा कि मैं नहीं मंगी जिन्हें मंगी है वो जवाब देंगे इन्हें मुख्यमंत्री तो वो है ये तो मतलब मुख्यमंत्री फिट नहीं है आप ही सरकार च की हो रहा है जिम्मेवारी ओदी है पिछे नहीं हट सकता आरोप लगाया कि उन्होंने वाइफ मोहम्मद वाइफ रजा सुकाल कैप्टन अमरिंदर सिंह राणा सोढी ने तमगे दिए ने आम आदमी पार्टी के डिस्ट्रिक्ट के प्रधान पंजाब स्टेट के यूथ विंग के भी वापस साडे अकाली दल शामिल हो मैं यूथ अकाली दल का वाइस ਦਲਿਤ ਲਾੜ ਵਾਰ ਤੁਹਾਡੇ ਬਾਅਦ ਖੇਡਣਾ ਸ਼ੁਰੂ ਕਰ ਦਿੱਤਾ ਇਹ ਤੁਸੀਂ ਪੰਜਾਬ ਦੇ ਕਲਚਰ